ਪੰਜਾਬ ਪੁਲਿਸ ਦੇ ਹੱਥ ਉਸ ਵੇਲੇ ਵੱਡੀ ਕਾਮਯਾਬੀ ਲੱਗੀ ਜਦੋਂ ਪੁਲਿਸ ਨੇ ਸੂਬੇ ਵਿੱਚ ਹੋਏ ਹਾਈ ਪ੍ਰੋਫਾਈਲ ਕਤਲਾਂ ਨੂੰ ਹੱਲ ਕਰਦੇ ਹੋਏ ਚਾਰ ਕਾਤਲਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਹੋਏ ਆਰਐਸਐਸ ਜਗਦੀਸ਼ ਗਗਨੇਜਾ, ਰਵਿੰਦਰ ਗੋਸਾਈ, ਪਾਸਟਰ ਸੁਲਤਾਨ ਮਸੀਹ ਅਤੇ ਅਮਿਤ ਸ਼ਰਮਾ ਦੇ ਕਾਤਲਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਏ। ਕੈਪਟਨ ਅਮਰਿੰਦਰ ਸਿੰਘ ਮੁਤਾਬਕ ਕੁੱਲ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਏ। ਮੁੱਖ ਮੰਤਰੀ ਨੇ ਇਸ ਘਟਨਾਕ੍ਰਮ ਦੇ ਪਿੱਛੇ ਆਈਐਸਆਈ ਦੀ ਸਾਜ਼ਿਸ਼ ਹੋਣ ਦੀ ਗੱਲ ਕਹੀ ਏ। ਔਰ ਅੱਜ ਮੈਨੂੰ ਖੁਸ਼ੀ ਹੁੰਦੀ ਹੈ ਦੱਸਦੇ ਕਿ ਦੇ ਹੈ ਮੇਜਰ ਮੇਡ ਬ੍ਰੇਕ ਥਰੂ ਇਨ ਦੀ ਕਿਲਿੰਗਸ ਆਫ, ਮੈਂ ਨਾਮ ਲੈ ਲੈਣਾ, ਅਮਿਤ ਅਰੋੜਾ, ਦੁਰਗਾ ਦਾਸ ਗੁਪਤਾ, ਬ੍ਰਿਗੇਡੀਅਰ ਜਗਦੀਸ਼ ਗਗਨੇਜਾ। ਫਾਇਰਿੰਗ ਸੋਰੀ, ਦੇ ਟੁੱਕ ਸਮ ਫਾਇਰਿੰਗ ਦੇ, ਉੱਥੇ ਫਾਇਰਿੰਗ ਹੋਈ ਸੀ ਪਰ ਪਤਾ ਲੱਗ ਗਿਆ ਕੌਣ ਕੌਣ ਸੀ ਇਨਵੋਲਵਡ ਇਨ ਇਟ। ਬ੍ਰਿਗੇਡੀਅਰ ਜਗਦੀਸ਼ ਗਗਨੇਜਾ, ਅਮਿਤ ਸ਼ਰਮਾ, ਸਤਪਾਲ ਕੁਮਾਰ ਐਂਡ ਸਨ ਰਮੇਸ਼ ਕੁਮਾਰ ਐਂਡ ਕ੍ਰਿਸਚੀਅਨ ਪਾਸਟਰ ਜਿਹੜੇ ਸੇ ਸੁਲਤਾਨ ਮਸੀਹ ਜੀ ਐਂਡ ਰਵਿੰਦਰ ਗੁਸਾਈ ਜੀ। ਉਹਦੇ ਵਿੱਚ ਇਹ ਜਿਹੜੇ ਗੈਂਗ ਹੈ ਇਹਨਾਂ ਨੇ ਇਨਕ੍ਰਿਪਟਿਡ ਮੋਬਾਈਲ ਸੋਫਟਵੇਅਰ ਯੂਜ਼ ਕੀਤੀ ਹੋਈ ਸੀ, ਓਬਲੀਕ ਐਪਸ ਜਿਹੜੇ ਸੀ ਫੋਰ ਕਮਿਊਨੀਕੇਸ਼ਨ ਵਿਦ ਹੈਂਡਲਰਸ, ਇਨ ਮੇਨ ਹੈਂਡਲਰਸ ਇਹਨਾਂ ਦੇ ISI ਨੇ ਐਂਡ ਇਹਨਾਂ ਦੇ ਹੋਰ ਮੁਲਕਾਂ ਦੇ ਵਿੱਚ ਵੀ ਕੋਈ ਸੈੱਲ ਸੀ ਵਿੱਚ ਦੀ ਪੁਲਿਸ ਔਰ ਮਿਸਟਰ ਅਰੋੜਾ ਹੈਜ਼ ਬੀਨ ਏਬਲ ਟੂ ਬ੍ਰੇਕ ਥਰੂ ਅਤੇ ਇਹ ਹੈਜ਼ ਬੀਨ ਦਿਸ ਕੰਸਪਿਰੇਸੀ ਐਜ਼ ਆਈ ਸੈਡ ਵੱਖ ਵੱਖ ਮੁਲਕਾਂ ਦੇ ਵਿੱਚ ਹੈਚ ਕੀਤੀ ਗਈ ਸੀ ਐਂਡ ਪਰਪਸ ਬਿਹਾਇੰਡ ਦ ਟਾਰਗੇਟਡ ਕਿਲਿੰਗ ਵਾਜ ਟੂ ਕੋਜ ਕਮਿਊਨਲ ਡਿਸਟਰਬੈਂਸਿਸ। ਯੈਸ, ਅਰੈਸਟ ਹੈਵ ਬੀਨ ਮੇਡ ਬਟ ਵੀ ਆਰ ਨੋਟ ਅਨਾਊਂਸਿੰਗ ਦ ਨੇਮਸ ਨਾਓ ਬਿਕੋਜ ਇੰਟੈਰੋਗੇਸ਼ਨ ਇਜ਼ ਔਨ ਐਂਡ ਆਈ ਕੈਨ ਅਨਾਊਂਸ ਯੂ ਵਨ ਪਰਸਨ ਹੂ ਇਜ਼ ਨਾਓ ਅੰਡਰ ਇੰਟੈਰੋਗੇਸ਼ਨ, ਆਈ ਕੈਨੋਟ ਟੈਲ ਯੂ, ਬਟ ਅਦਰਵਾਈਜ਼ ਦੇਰ ਇਜ਼ ਅ ਪਰਸਨ ਕਾਲਡ ਜਿਮੀ ਸਿੰਘ। ਇਹ UK ਤੋਂ ਆਇਆ, ਕਈ ਸਾਲ ਉੱਥੇ ਰਿਹਾ, ਪਹਿਲਾਂ ਜੰਮੂ ਦਾ ਰਹਿਣ ਵਾਲਾ ਸੀ ਅਤੇ ਇਹਨੂੰ ਇੰਟਰਨੈਸ਼ਨਲ ਪਾਲਮ ਏਅਰਪੋਰਟ ਤੋਂ ਕੁਛ ਹਫ਼ਤਾ ਪਹਿਲਾਂ ਅਸੀਂ ਉੱਥੋਂ ਅਰੈਸਟ ਕੀਤਾ ਸੀ। ਸੈਕਿੰਡ, ਜਗਤਾਰ ਸਿੰਘ ਜੌਹਲ ਅਲੀਅਸ ਜੱਗੀ ਜਲੰਧਰ ਤੋਂ, ਇਹ ਵੀ UK ਨੈਸ਼ਨਲ। ਤੀਸਰਾ, ਧਰਮਿੰਦਰ ਐਲੀਅਸ ਗੁਗਨੀ, ਰੈਜੀਡੈਂਟ ਆਫ ਮਿਹਰਬਾਨ ਲੁਧਿਆਣਾ, ਹੀ ਵਾਜ਼ ਅ ਗੈਂਗਸਟਰ ਲੌਜਡ ਇਨ ਨਾਭਾ ਜੇਲ੍ਹ ਦੇ ਵਿੱਚ ਰਿਹਾ, ਹੀ ਇਜ਼ ਆਲਸੋ ਅ ਕੰਸਪਿਰੇਟਰ ਇਨ ਦਿਸ ਮੂਵਮੈਂਟ।